ਮਿੰਟੂ ਜੀ ਖਬਰਾਂ ਤੇ ਚਰਚਾ ਕਰਨ ਤੋਂ ਪਹਿਲਾਂ ਇੱਕ ਉਹ ਅੱਜ ਬੜੇ ਇਸ਼ਤਿਹਾਰ ਜੇ ਲੱਗੇ ਹੋਏ ਸੀ ਕਿ ਨੇ ਇੱਕ ਇਹ ਹੁਣ ਚੁਟਕੀ ਮਾਰੀ ਤੁਹਾਡੀ ਆਰਸੀ ਆ ਜਾਏਗੀ ਕਰੇ ਇਸ਼ਤਿਹਾਰ ਤਾਂ ਇਹਨਾਂ ਨੇ ਆਮ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਨੇ ਕਿ ਇਸ਼ਤਿਹਾਰ ਤਾਂ ਦੇਖੋ ਗੱਲ ਕੀ ਹੈ ਜੀ ਕਿ ਉਹਦੇ ਚ ਜਿਵੇਂ ਉਹ ਪਿੰਡਾਂ ਚ ਆਪਣੇ ਕਹਿੰਦੇ ਹੁੰਦੇ ਨਾ ਸੱਚਾ ਉਹ ਵੀ ਨਹੀਂ ਤੇ ਝੂਠਾ ਉਹ ਵੀ ਨਹੀਂ ਜੀ ਸੱਚਾ ਉਹ ਵੀ ਨਹੀਂ ਤੇ ਝੂਠਾ ਉਹ ਵੀ ਨਹੀਂ ਅੱਛਾ ਜਾਨੀ ਉਹ ਮਤਲਬ ਕਿਨੇ ਕਪੇੜ ਚੱਲਣ ਲੱਗ ਗਿਆ ਸੋਸ਼ਲ ਮੀਡੀਆ ਤੇ ਕਿ ਭਾਈ ਇਹ ਤੇ ਸਾਰਾ ਕੁਝ ਪਹਿਲਾਂ ਸੀ ਅਕਾਲੀਆਂ ਨੇ ਵੀ ਕਹਿ ਦਿੱਤਾ ਅਮਰਿੰਦਰ ਸਿੰਘ ਦੀ ਜਿਹੜੀ ਆਪਣੀ ਪਾਰਟੀ ਹੈ ਪੰਜਾਬ ਲੋਕ ਕਾਂਗਰਸ ਉਹ ਕਹਿੰਦੇ ਕਿ ਇਹ ਲੋਕ ਕੀ ਕਰ ਰਹੇ ਇਦਾਂ ਤੇ ਸਾਰਾ ਸਿਸਟਮ ਚੱਲਦਾ ਸੀਗਾ ਉਹਦੇ 'ਚ ਇਹ ਚੀਜ਼ ਤੇ ਠੀਕ ਆ ਕਿ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਥੋੜਾ ਪ੍ਰੋਵੀਜ਼ਨ ਇਹਨਾਂ ਨੇ ਕੀਤਾ ਸ਼ਾਇਦ 11-12ਾਂ ਚੀ ਕਰ ਦਿੱਤਾ ਅਕਾਲੀ ਭਾਜਪਾ ਸਰਕਾਰ ਦੀ ਪਹਿਲੀ ਜਿਹੜੀ ਚੇਨੋਅਰ ਸੀਗੀ ਉਸ ਟਾਈਮ ਤਾਂ ਉਹਦੇ 'ਚ ਕੀਤਾ ਗਿਆ ਕੁਝ ਹਾਦਸਾ ਕ ਅਮਰਿੰਦਰ ਸਿੰਘ ਦੀ ਸਰਕਾਰ 'ਚ ਵੀ ਚੱਲਿਆ ਤੁਸੀਂ ਸਾਰੇ ਮੇਰੇ ਤੋਂ ਜ਼ਿਆਦਾ ਸਿਆਣੇ ਹੋਗੇ ਇਸ ਮਾਮਲੇ 'ਚ ਜੀ ਕਿਉਂਕਿ ਮੇਰੀ ਜ਼ਿੰਦਗੀ 'ਚ ਗੱਡੀ ਬਹੁਤ ਲੇਟ ਆਈ ਆ ਵਿਆਹ ਵੀ ਲੇਟ ਹੋਇਆ ਜ਼ਿੰਦਗੀ 'ਚ ਗੱਡੀ ਵੀ ਜਿਹੜੀ ਪਹਿਲੀ ਅਸੀਂ ਲਈ ਬਹੁਤ ਲੇਟ ਲਈ ਕੋਈ ਆਪਾਂ ਦੁਨੀਆ ਨਾਲੋਂ ਲੇਟ ਹੀ ਚੱਲਦੇ ਆ ਚਲੋ ਕੋਈ ਗੱਲ ਨਹੀਂ ਪਰ ਤੁਸੀਂ ਬਹੁਤ ਐਡਵਾਂਸ ਲੋਕ ਤੁਹਾਨੂੰ ਪਤਾ ਹੋਏਗਾ ਕਿ ਜਦੋਂ ਗੱਡੀ ਤੁਸੀਂ ਉੱਥੋਂ ਕਢਾਉਂਦੇ ਸੀ ਨੰਬਰ ਲੱਗਦਾ ਸੀ ਉਹ ਨਾਲ ਦੇ ਨਾਲ ਪਰ ਜਿਹੜੀ ਆਰ ਸੀ ਸੀ ਜੀ ਆਰ ਸੀ ਜਿਹੜੀ ਆ ਉਹ ਬਣਵਾ ਕੇ ਤਾਂ ਉਹੀ ਦਿੰਦੇ ਨੇ ਏਜੰਸੀ ਵਾਲੇ ਪਰ ਬਣਦੀ ਸੀ ਉਹ ਐਸਡੀਐਮ ਦਫ਼ਤਰ ਦੇ ਥਰੂ ਆ ਫਰਕ ਸੀ ਜਿਹੜੀ ਨਵੀਂ ਗੱਡੀ ਲੈਂਦੇ ਬਿਲਕੁਲ ਜੀ ਜਦੋਂ ਤੁਸੀਂ ਨਿਊ ਗੱਡੀ ਲੈਨੇ ਹੋ ਉਹ ਤੁਹਾਨੂੰ ਆਰਸੀ ਵਾਲਾ ਚੰਜੜ ਤਾਂ ਮੁੱਕ ਗਿਆ ਅੱਗੇ ਜਿਵੇਂ ਬੰਦਾ ਬਣਾਉਂਦਾ ਸੀਗਾ ਪਰੰਤੂ ਉਹਦੇ ਚ ਕੀ ਹੈ ਕਿ ਆਰਸੀ ਦਾ ਕੋਈ ਛਾਪਾਖਾਨਾ ਨਹੀਂ ਲਾਇਆ ਹੋਇਆ ਉਹਨਾਂ ਨੇ ਇਹ ਸਿਆਪਾਖਾਨਾ ਸੀ ਉਹਨਾਂ ਵਾਸਤੇ ਕਿ ਤੁਸੀਂ ਬਣਵਾ ਕੇ ਦਿਓ ਐਸ.ਡੀ.ਐਮ ਦਫ਼ਤਰ ਦੇ ਵਿੱਚ ਔਰ ਬਹੁਤ ਸਾਰੇ ਐਨ.ਆਰ.ਆਈ ਵੀ ਇਸ ਗੱਲ ਦੇ ਮੇਰੇ ਖੱਲ ਦੇ ਨਾਲ ਕਿਤੇ ਨਾ ਕਿਤੇ ਵਿਕਟਮ ਨੇ ਪੰਜਾਬੀ ਵੀ ਨੇ ਕਿ ਜਿਨ੍ਹਾਂ ਨੇ ਗੱਡੀਆਂ ਕਢਾਲੀਆਂ ਮੁੜ ਕੇ ਪੈ ਗਿਆ ਇਹਨਾਂ ਦੀ ਸਟ੍ਰਾਈਕ ਦਾ ਪੰਗਾ ਚੰਨੀ ਸਰਕਾਰ ਦੇ ਅਖੀਰਲੇ ਜੇ ਪੜਾ ਦੀ ਆਪਾਂ ਗੱਲ ਕਰੀਏ ਤਾਂ ਲੋਕਾਂ ਦੀਆਂ 4 4 8 8 10 10 ਮਹੀਨੇ ਆਰ.ਸੀ ਰੂਲੀਆਂ ਨੇ ਰਜਿਸਟ੍ਰੇਸ਼ਨ ਕਾਪੀਆਂ ਰੁਲੀਆਂ ਨੇ ਕਿਉਂਕਿ ਸਟ੍ਰਾਈਕ ਚੱਲੀ ਗਈ ਹੈ ਇੱਧਰ ਆ ਹੋ ਗਿਆ ਜੀ ਉਹ ਹੋ ਗਿਆ ਉਹ ਹੋ ਗਿਆ ਕਿਸੇ ਦੀ 4 ਮਹੀਨੇ 3 ਮਹੀਨੇ ਦੋ ਤੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਮਾਮਲੇ 'ਚ ਤੇ ਸੱਚੇ ਨੇ ਕਿ ਇਸ ਤਰ੍ਹਾਂ ਦਾ ਇੱਕ ਸਿਸਟਮ ਸੀ ਪਰ ਇਸ ਮਾਮਲੇ 'ਚ ਇਹ ਸੱਚੇ ਹੈ ਕਹਿੰਦੇ ਕਿ ਅਸੀਂ ਉਹ ਜਿਹੜਾ ਐਸ ਡੀ ਐਮ ਵਾਲਾ ਝਿਮੇਲਾ ਉਹ ਵੀ ਖਤਮ ਕਰ ਦੇਾਂਗੇ ਮਤਲਬ ਕਿ ਪ੍ਰਿੰਟਿੰਗ ਫੈਸਿਲਿਟੀ ਜਿਹੜੀ ਹੈ ਉਹ ਵੀ ਏਜੰਸੀ ਨੂੰ ਦੇ ਦਿੱਤੀ ਜਾਊਗੀ ਮਤਲਬ ਕਿ ਤੁਸੀਂ فرض ਕਰੋ ਕਿ ਫੋਰਚੂਨਰ ਗੱਡੀ ਖੜਾਈ ਆ ਗੱਡੀ ਤੇ ਨਾ ਹੀ ਲੈਣਾ ਵੱਡੀ ਤੇ ਨਾ ਹੀ ਲੈਣਾ ਸੋਚ ਚੀ ਜੇ ਖਾਣੇ ਤੇ ਫਿਰ ਬਾਦਾਮ ਬਾਦਾਮ ਚਬੋ ਨਾ ਛੋਲੇ ਚਬਣ ਦਾ ਕਿਵਦਾ ਫੋਰਚੂਨਰ ਗੱਡੀ ਲੈ ਲਈ ਆ ਤੁਸੀਂ ਜੀ ਵੈਸੇ ਗੋਲ ਰੱਖਣੇ ਚਾਹੀਦੇ ਆ ਬੰਦੇ ਨੂੰ ਕੋਈ ਵੱਡੀ ਗੱਲ ਨਹੀਂ ਹੈ ਫੋਰਚੂਨਰ ਕਿਹੜੀ ਗੱਲ ਹੈ ਇੱਥੇ ਸਚਨ ਤੰਦੂਲਕਰ ਵਰਗਾ ਜਿਹੜਾ ਬੰਦਾ ਜੀ ਮੇਰੇ ਖਿਆਲ ਦੇ ਨਾਲ ਲਾਲੋ ਕਿ ਦਸਵੀਂ ਚੋਂ ਫੇਲ ਹੋ ਗਿਆ ਸੀ ਜੀ ਉਹਨੇ ਫਰਾਰੀ ਲੈ ਆਂਦੀ ਸੀਗੀ ਜੀ ਇੰਡੀਆ ਚ ਫਰਾਰੀ ਆਈ ਸੀ ਜੀ ਜੀ ਇਹ ਕਿਹੜੀ ਗੱਲ ਹੈ ਇਹ ਤਾਂ ਫੋਰਚੂਨਰ ਹੈ ਦੋਨੇ ਫਫੇ ਤੇ ਹੀ ਆ ਜੀ ਤਾਂ ਖੈਰ ਦੇਖੋ ਗੱਲ ਕੀ ਆ ਕਿ ਉਸ ਤੋਂ ਬਾਅਦ ਜੀ ਜਦੋਂ ਤੁਸੀਂ ਇਸ ਤਰ੍ਹਾਂ ਦੀ ਉਹਨਾਂ ਨੂੰ ਫੈਸਿਲਿਟੀ ਦੇ ਦੇਵੋਗੇ ਜਾਂ ਇਸ ਤਰ੍ਹਾਂ ਦੀ ਅਥਾਰਟੀ ਦੇ ਦੇਵੋਗੇ ਉਹ ਜਿਵੇਂ ਤੁਹਾਨੂੰ ਨੰਬਰ ਲਾ ਕੇ ਦਿੰਦੇ ਨੇ ਅੱਗੇ ਤਾਂ ਹੁੰਦਾ ਸੀ ਨਾ ਟੈਂਪਰੇਰੀ ਆ ਨਾ ਫਲਾਂਟਮ ਕਾ ਹੁਣ ਤੁਹਾਨੂੰ ਨਾਲ ਦੀ ਨਾਲੋਂ ਨੰਬਰ ਵੀ ਦੇ ਦਿੰਦੇ ਨੇ ਬਟ ਹੋਏਗਾ ਕੀ ਕਿ ਹੁਣ ਨਾਲ ਦੀ ਨਾਲੋਂ ਛਾਪੇਖਾਨੇ ਮਤਲਬ ਕਿ ਉਹਨਾਂ ਦੇ ਕੋਲ ਹੀ ਹੋਏਗਾ ਸਾਰਾ ਜਿਗਾਰਡ ਪ੍ਰਿੰਟਿੰਗ ਵਾਲਾ ਉਹ ਤੁਹਾਨੂੰ ਆਰਸੀ ਵੀ ਹੈਂਡ ਟੂ ਐਂਡ ਫੜਾ ਦੇਣਗੇ ਆ ਮਸਲਾ ਇਦੇ ਚ ਮਾਰਕੇਬਾਜ਼ੀ ਇਹਨਾਂ ਨੇ ਕੀਤੀ 노 ਡਾਊਟ ਬੜੇ ਅਖਬਾਰ ਭਰੇ ਆ ਅੰਗਰੇਜ਼ੀ ਅਖਬਾਰਾਂ ਤੋਂ ਲੈ ਕੇ ਹਿੰਦੀ ਅਖਬਾਰਾਂ ਦੇ ਵਿੱਚ ਲਾੜਾ 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 ਜਿਵੇਂ ਕਰਦੇ ਨੇ ਆ ਤੁਹਾਨੂੰ ਪਤਾ ਨੇ ਕਈ ਬੰਦੇ ਤੁਸੀਂ ਜਿਮ ਚ ਚਲੇ ਜਾਇਓ ਵਰਕਆਊਟ ਲੋਣ ਕਈ ਬੰਦੇ ਵੇਟ ਉਹਨਾਂ ਕੋਈ ਹੁੰਦਾ ਮੇਰੇ ਵਾਂਗੂ ਵजूद ਉਹਨਾਂ ਕੋਈ ਹੁੰਦਾ ਚੀਕ ਮਾਰਨਗੇ ਜ਼ੋਰ ਨਾਲ ਬਹੁਤ ਖੌਣਾ ਜਿਆਦਾ ਵੀ ਜ਼ੋਰ ਮੇਰਾ ਬਹੁਤ ਲੱਗ ਰਿਹਾ ਗੱਲ ਇਹ ਆ ਕਿ ਚੀਕ ਜਿਆਦਾ ਮਾਰਦੇ ਨੇ ਤੇ ਉਸ ਚੀਕ ਚ ਚਿੰਗਿਆੜਾ ਨਿਕਲਦੀਆਂ ਖਜ਼ਾਨੇ ਦੀਆਂ ਵੀ ਜਿਹੜੀ ਤੁਸੀਂ ਠੀਕ ਹੈ ਥੋੜੀ ਚੇਂਜਿੰਗ ਲਿਆਂਦੀ ਐ ਇਸ ਸਾਰੇ ਸਿਸਟਮ ਦੇ ਵਿੱਚ ਸਭੋ ਤੁਸੀਂ ਲੋਕਾਂ ਨੂੰ ਅਵੇਅਰ ਕਰੋ ਕਿ ਅੱਗੇ ਤੁਹਾਨੂੰ ਜਾਣਾ ਪੈਂਦਾ ਸੀਗਾ ਭਾਈ ਇੰਤਜ਼ਾਰ ਕਰਨਾ ਪੈਂਦਾ ਸੀਗਾ ਭਾਈ ਥੋੜਾ ਠਹਿਰਨਾ ਪੈਂਦਾ ਸੀਗਾ ਹੁਣ ਇਹ ਜਿਹੜੇ ਛਾਪੇਖਾਨੇ ਪ੍ਰਿੰਟਿੰਗ ਫੈਸਿਲਿਟੀ ਜਿਹੜੀ ਆ ਉਹ ਅਸੀਂ ਉਹਨਾਂ ਨੂੰ ਦੇ ਦੇਵਾਂਗੇ অথੋਰਾਇਜ਼ਡ ਹੋਣ ਕੇ ਨਾਲ ਦੀ ਨਾਲ ਤੁਹਾਡਾ ਸਾਰਾ ਕੰਮ ਜਿਹੜਾ ਹੱਥੋ-ਹੱਥ ਹੋਏਗਾ ਉੱਥੇ ਦੇਖੋ ਮਿਨਿਸਟਰੀ ਟਰਾਂਸਪੋਰਟ ਦੀ ਭਗਵੰਤਮਾਨ ਐਖਲੋਤਾ ਇਸ਼ਤਿਆਰ ਜੀ ਮਤਲਬ ਕਿ ਟ੍ਰਾਂਸਪੋਰਟ ਮਨਿਸਟਰ ਦੀ ਵੀ ਫੋਟੋ ਆਣੀਗੀ ਸਾਫ ਲਾ ਲਓ ਕਾਮ ਟ੍ਰਾਂਸਪੋਰਟ ਮਨਿਸਟਰ ਦਾ ਆ ਤੇ ਮਾਨ ਸਾਹਿਬ ਐ ਖਲੋਤੇ ਨੇ ਉਹਦੇ ਚ ਟ੍ਰਾਂਸਪੋਰਟ ਮਨਿਸਟਰ ਦੀ ਇੱਕ ਵੀ ਫੋਟੋ ਆਣੀ ਮੈਂ ਤਾਂ ਘਟੋ ਘਟ ਨਹੀਂ ਉਹ ਹੈ ਹੀ ਕੱਲੇ ਇੱਕ ਹੀ ਹੈ ਮਾਨ ਸਾਹਿਬ ਦੀ ਚਮਕ ਦੇ ਕੱਲੇ ਹਾਂਜੀ ਉਹੀ ਗੱਲ ਆ ਤੁਸੀਂ ਠਹਿਰ ਜੋ ਮਤਲਬ ਕਿ ਲੋਕ ਸਭਾ ਇਲੈਕਸ਼ਨ ਜਿਹੜੇ ਆ ਲੈਣ ਤਾਂ ਕੇਜਰੀਵਾਲ ਸਾਹਿਬ ਵੀ ਚਮਕਣਗੇ ਇਹ ਥੋੜੀ ਜਿਹੀ ਪਿੱਛੇ ਹੋ ਜਾਣਗੇ ਮਾਨ ਸਾਹਿਬ ਫਿਰ ਉਹਨਾਂ ਦੇ ਨਾਲ ਜਦੋਂ ਇਸ਼ਤਿਹਾਰ ਆਉਣਗੇ ਵੀ ਗੱਲ ਇਹ ਆ ਕਿ ਜਿਹੜੀ ਅਵੇਅਰਨੈਸ ਵਾਲੀ ਗੱਲ ਹੈ ਉੱਥੇ ਸਿਆਪਾ ਪਿਆ ਹੋਇਆ ਉਹ ਅਕਾਲੀ ਉਧਰਲੇ ਕੱਢੀ ਫਿਰਦੇ ਆ ਖਬਰ ਨਾ ਖਬਰਾਂ ਖੋਹਾਂ ਵੀ ਕੱਢ ਲੈ ਜਾਂਦੇ ਆ ਜੀ ਕੱਢੀ ਉਹ ਅਕਾਲੀ ਲੱਗ ਜਾਂਦੇ ਨੇ ਨਾਲ ਦੇ ਨਾਲ ਹੁਣ ਅਕਾਲੀਆਂ ਨੂੰ ਕੋਈ ਕੰਮ ਤੇ ਆਏ ਨਹੀਂ ਸਰਕਾਰ ਚ ਤੇ ਆਏ ਨਹੀਂ ਗੇ ਤਾਂ ਇਹੀ ਆ ਅਕਾਲੀ ਵੀ ਲਿਆਏ ਕੱਢ ਕੇ ਕਾਂਗਰਸੀ ਵੀ ਲਿਆਏ ਪਰ ਗੱਲ ਕੀ ਹੈ ਕਿ ਜੇ ਤੁਸੀਂ ਅਵੇਅਰ ਕੀਤਾ ਹੋਵੇ ਕੁਝ ਚੱਜ ਦੀ ਕੋਈ ਇਨਫੋਰਮੇਸ਼ਨ ਦਿੱਤੀ ਹੋਵੇ ਤੇ ਕੋਈ ਤੁਹਾਡਾ ਵੀ ਪੱਖ ਪੂਰੇ ਕਿ ਇਹਦੇ ਚਾਹ ਚੇਂਜ ਹੋ ਰਿਹਾ ਹੈ ਹੋ ਚੇਂਜ ਰਿਹਾ ਪਰ ਹੁਣ ਕੱਲੀ ਭਗਵੰਤ ਮਾਨ ਦੀ ਫੋਟੋ ਦੇ ਉੱਤੇ ਕੀ ਡਿਫੈਂਡ ਕਰਨਗੇ ਉਹਦੇ ਤੁੱਟਦਾ ਲਿਖਿਆ ਹੀ ਕੱਖ ਨਹੀਂ ਹੈ ਸੋ ਇਸ ਕਰਕੇ ਭਈ ਇਹ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਗੱਲ ਜਿਹੜੀ ਅਸਲ ਮੁੱਦੇ ਦੀ ਹੈ ਉਹ ਇਹ ਹੀ ਆ ਕਿ ਵਧੀਆ ਚੀਜ਼ਾਂ ਨੇ ਇਹ ਠੀਕ ਆ ਕਿ ਸਮਾਂ ਬਚਦਾ ਹੈ ਬੰਦੇ ਦੀ ਖੱਜਲ ਖਵਾਰਤਾ ਬਚਦੀ ਹੈ ਕਰਾਪਸ਼ਨ ਤੋਂ ਬੰਦੇ ਦਾ ਬਚਾ ਰਹਿੰਦਾ ਸਾਰਾ ਕੁਝ ਹੈਗਾ ਪਰ ਆ ਜਿਹੜੀ ਭੇਡ ਚੱਲ ਚੱਲਣ ਢਈ ਆ ਨਾ ਕਿ ਮਤਲਬ ਕਿ ਇਸ਼ਤਿਹਾਰ ਠੋਕਦੇ ਹੋ ਸੀ ਫਿਰ ਉਹਨਾਂ ਇਸ਼ਤਿਹਾਰਾਂ ਤੇ ਜਾਬਾਂ ਦੇ ਪੇੜ ਕੋਈ ਨੋਲੇਜੇਬਲ ਕੋਈ ਗੱਲ ਜਿਹੜੀ ਆ ਜਾਣਕਾਰੀ ਯੋਗ ਜਿਹੜੀ ਗੱਲ ਆ ਉਹਦੇ ਵਿੱਚ ਉੱਥੇ ਕੋਈ ਕਰ ਨਹੀਂ ਰਿਹਾ